ਨਵ ਨੋਦ ਕੁਮਾਰ ਵੀਰੇ ਸੁਣੋ ਪਰ ਵਿਜੇ ਕੁਮਾਰ ਦਾ ਬਈ ਸਾਡੇ ਘਰੇ ਆ ਗਏ ਤੇ ਮੈਨੂੰ ਚੱਕ ਕੇ ਲੈ ਗਏ ਬਈ ਪੰਜ ਛੇ ਜਣੇ ਜੋਧਪੁਰ ਪੱਖਰ ਤੇ ਆ ਕੇ ਇਹਨਾਂ ਨੇ ਮੈਨੂੰ ਗੜਾ ਸੇਨਾ ਵੱਡਿਆ ਬਈ ਮੁੜ ਕੇ ਪਿੰਡ ਲਿਆ ਕੇ ਸਾਥੀ ਸਿਰ ਤਾ ਬਈ ਨਹੀਂ ਬਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਮੰਗ ਬਈ ਬਈ ਇਹਨੂੰ ਫੈਸਲਾ ਮਿਲ ਜਾਂਦਾ ਮੈਨੂੰ ਵੜਤਾ ਬਈ ਬਾਂਹ ਵੜਤੀ ਬਈ ਲੱਤ ਵੜਤੀ ਅੱਛਾ ਦੋਵੇਂ ਲੱਤਾਂ ਵੜਤੀਆਂ ਬਈ ਹਸਪਿਟਲ 'ਚੋਂ ਬਾਹਰ ਨਿਕਲ ਨਹੀਂ ਹੁੰਦੇ ਗਏ ਐਂਬੂਲੈਂਸ ਬਠਿੰਡੇ ਵਾਲੀ ਲੈ ਆਉਣੀ ਰਹੀ ਅਤੇ ਉਹ ਕੀ ਗੱਲ ਹੈ ਜੀ ਉਹ ਬਹੁਤ ਤਪਾਉਂਦਾ ਸੀਗਾ ਬੱਚੀਆਂ ਨੂੰ ਸਾਰੇ ਪਿੰਡ ਨੂੰ ਅੱਜ ਆਕਿਆ ਪਿਆ ਸੀ ਜੀ ਸਾਰੇ ਪਿੰਡ ਨੇ ਚੱਕ ਕੇ ਲਗਾਏ ਆ ਰਾਜੂ ਤਾਂ ਥਾਣੇ 'ਚ ਬੈਠਾ ਸੀ ਸਾਰਾ ਪਿੰਡ ਚੱਕ ਕੇ ਲਗਾਇਆ ਜਮਾ ਸੱਥ 'ਚ ਰਾਜੂ ਨੇ ਨਹੀਂ ਨਾ ਨਾ ਰਾਜੂ ਨੇ ਨਹੀਂ ਸੀਗਾ ਸਾਰਾ ਪਿੰਡ ਚੱਕ ਕੇ ਲਗਾਇਆ ਜਿੰਨੀਆਂ ਟਰਾਲੀਆਂ ਸੀ ਸਾਰਿਆਂ ਨੇ ਵੱਢਿਆ ਜਾ ਕੇ ਉਹ ਕਿਹਾ ਸੀ ਜੀ ਅਸੀਂ ਆਪ ਦੇਖ ਕੇ ਗਈਆਂ ਮੈਂ ਅਰਜੀ ਆ ਕੇ ਮੁੜ ਕੇ ਇਸ ਕਰਕੇ ਧਰਨਾ ਲਾਉਣ ਗਏ ਸੀ ਅੱਜ ਜੀ ਤੇ ਸੁਣੀ ਨਹੀਂ ਤੇ ਉਹ ਆ ਕੇ ਸਾਡੇ ਮੂਹਰੇ ਕੱਢਿਆ ਸੀ ਜੀ ਉਹ ਰੋੜਾ ਉੱਥੋਂ ਥਾਣੇ 'ਚ ਹੀ ਆਇਆ ਸੀ ਥਾਣੇ 'ਚੋਂ ਕੱਢੇ ਵੀ ਆ ਗਏ ਭਾਗੀ ਬਾਂਦਰ ਦੇ ਇੰਨੇ ਹੁਣ ਸਾਡੀ ਇਹਨਾਂ ਨੇ ਸੁਣੀ ਨਹੀਂ ਮੈਂ ਅੱਜ ਬਹੁਤ ਉਹਨਾਂ ਮੂਹਰੇ ਸੁਣਾਈਆਂ ਹਾਂ ਰਲੀ ਆ ਜੀ ਜਮਾਂ ਮੈਂ ਆਦੀ ਹਾਂ ਜਮਾਂ ਵੇਚਦੇ ਪੈਸੇ ਦਿੱਤੇ ਹੋਣਗੇ ਅੱਜ ਅੱਖ ਨਹੀਂ ਪੱਟੀ ਉਹਨੇ ਤਾਂ ਨਹੀਂ ਝੱਕ ਮੈਂ ਬੋਲੀ ਗਈ ਜਦੋਂ ਮੂਹਰੇ ਇੰਨਾ ਅੱਜ ਉਹ ਬੋਲਦਾ ਨਹੀਂ ਸੀ ਉਹ ਖਾਣਾ ਸੀ ਉਹਨਾਂ ਨੇ ਖਾਧੇ ਸੀ ਨਸ਼ਾ ਨਹੀਂ ਸੀ ਕਰਦਾ ਇਹਨਾਂ ਦੇ ਕਾਰਨ ਮੇਰੇ ਘਰ ਵਾਲੇ ਠੀਕ ਹੈ 2 ਕਿੱਲੇ ਇਹਨਾਂ ਨੇ ਬਕਾ ਤੇ ਕੁੱਟਮਾਰ ਵੀ ਮੇਰੀ ਇਹ ਕਰਵਾਉਂਦੇ ਸੀਗੇ ਇਹਨਾਂ ਦੇ ਘਰੇ ਮੈਂ ਆਪ ਉੱਤੋਂ ਟੀਕੇ ਲਾਉਂਦਾ ਫੜਿਆ ਹੋਇਆ ਸੀਗਾ ਜਦੋਂ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਵੀ ਤੂੰ ਇਹ ਕੰਮ ਕੀ ਕਰਦਾਂਗਾ ਤੇ ਮੈਂ ਅਰੋੜਾ ਮੋਨੂ ਅਰੋੜਾ ਇਹ ਹਾਂ ਅੱਜ ਜਿਹੜਾ ਵੱਡਾ ਸੀਗਾ ਇਹਨਾਂ ਜਦੋਂ ਮੈਂ ਆਪਦੇ ਘਰ ਵਾਲੇ ਨੂੰ ਕਹਿਣਗੇ ਵੀ ਤੂੰ ਇੱਥੇ ਕਰਦਾਂਗਾ ਮੈਂ ਉੱਤੋਂ ਦੇਖਿਆ ਵੀ ਉਹ ਟੀਕੇ ਲਾਈ ਜਾਂਦਾ ਸੀਗਾ ਠੀਕ ਹੈ ਇਹਨਾਂ ਨੇ ਉਦੋਂ ਬਾਅਦ ਮੈਨੂੰ ਕੁੱਟਮਾਰ ਸ਼ੁਰੂ ਕਰਤੀ ਮੇਰੇ ਕੱਪੜੇ ਪਾੜਦੇ ਉਸ ਤੋਂ ਬਾਅਦ ਮੈਂ ਦਰਖਾਸਤ ਦੇਣ ਗਈ ਤੇ ਇਹ ਕਹਿੰਦੇ ਵੀ ਹਾਂ ਸਾਨੂੰ 2000 ਰੁਪਏ ਦੇ ਦਿਓ ਮੈਂ ਤਾਂ 2000 ਪੁਲਿਸ ਨੇ ਲੈ ਲਿਆ ਕੋਈ ਮੇਰੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਠੀਕ ਹੈ ਘਰੇ ਮੇਰੇ ਇਹਨਾਂ ਨੇ ਕੋਈ ਖਲਦੀਆਂ ਬੋਰੀਆਂ ਨਹੀਂ ਛੱਡੀਆਂ ਕੋਈ ਕਣਕ ਸੀ ਸਾਰੀ ਉਹ ਇਹਨਾਂ ਨੇ ਲੈ ਲਈ ਠੀਕ ਹੈ 2 ਤੋਲੇ ਸਿਉਣੇ ਸੀ ਮੇਰੇ ਘਰ ਵਾਲੇ ਨੂੰ ਲਾ ਕੇ ਇਹਨਾਂ ਦੇ ਘਰੇ 2 ਤੋਲੇ ਸਿਉਣੇ ਦੇ ਗਏ ਹੋਏ ਸੀਗੇ ਨਸ਼ੇ ਵੇਚਦੇ ਸੀਗੇ ਨਸ਼ੇ ਵੇਚਦੇ ਸੀਗੇ ਮੇਰਾ ਘਰ ਵਾਲਾ ਇਹਨਾਂ ਦਿਨ ਰਾਤ ਇਹਨਾਂ ਦੇ ਘਰੇ ਰਹਿੰਦਾ ਸੀਗਾ ਹਾਂਜੀ ਪੁੱਠੀਆਂ ਸਿੱਧੀਆਂ ਮੇਰੇ ਘਰ ਵਾਲਾ ਕੋਲੇ ਬੈਠਾ ਹੁੰਦਾ ਸੀ ਪੁੱਠੀਆਂ ਸਿੱਧੀਆਂ ਮੇਰੇ ਨਾਲ ਹਰਕਤਾਂ ਵੀ ਕਰਦੇ ਸੀਗੇ ਮੈਨੂੰ ਮਾਰਨ ਦੀ ਧਮਕੀ ਵੀ ਦਿੰਦੇ ਸੀਗੇ ਹਾਂ ਬਹੁਤ ਵਧੀਆ ਕੀਤਾ ਜੀ ਇਹ ਸਰ ਮਾਮਲਾ ਸਾਰਾ ਇਹ ਹੈ ਜੀ ਇਹ ਨਾ 3-4 ਬੰਦੇ ਆ ਇੱਕ ਤਾਂ ਮੋਨੂ ਹੋ ਗਿਆ ਇਹ ਪਹਿਲਾਂ ਸਾਡੇ ਪਿੰਡ 'ਚ ਰਹਿੰਦੇ ਹੁੰਦੇ ਸੀ ਸਮੈਕ ਤੇ ਚਿੱਟਾ ਵੇਚਦੇ ਸੀ ਪਿੰਡ 'ਚ ਸਾਰੇ ਪਿੰਡ ਨੇ ਰਲ ਕੇ ਇਹਨਾਂ ਨੂੰ ਪਿੰਡ 'ਚੋਂ ਕੱਢਤਾ ਸੀ ਕਿਉਂਕਿ ਸਾਡੇ ਪਿੰਡ ਦਾ 200-300 ਨੌਜਵਾਨ ਇਹਨਾਂ ਨੇ ਚਿੱਟੇ ਤੇ ਲਾਤਾ ਸੀਗਾ ਤੇ ਸਾਰੇ ਪਿੰਡ ਨੇ ਸਰਪੰਚਾਂ ਨੂੰ ਕਹਿ ਕੇ ਇਹਨੂੰ ਪਿੰਡ 'ਚੋਂ ਕਢਵਾਇਆ ਸੀ ਹੁਣ ਇਹ ਤਲਵੰਡੀ ਸਾਬੋ ਰਹਿੰਦੇ ਸੀਗੇ ਉਸ ਤੋਂ ਬਾਅਦ ਇਹ ਕੀ ਕਰਦਾ ਸੀ ਹੁਣ ਇੱਥੋਂ ਜਾ ਕੇ ਵੀ ਸਾਡੇ ਪਿੰਡ ਦੀ ਬਾਜੀਗਰ ਬਸਤੀ 'ਚ ਜਿਹੜੀਆਂ ਗਰੀਬ ਕੁੜੀਆਂ ਰਹਿੰਦੀਆਂ ਉੱਥੇ ਜਾ ਕੇ ਇਹਨਾਂ ਨੇ ਬਾਹ ਫੜ ਲਈ ਕਿ ਅਸੀਂ ਧੱਕੇ ਨਾਲ ਅਸੀਂ ਤੇਰੇ ਨਾਲ ਵਿਆਹ ਕਰਵਾਵਾਂਗੇ